ਇਸ ਨਗੀਨੇ ਦੇ ਲੱਗਿਆ 16 ਲੱਖ ਰੁਪਈਆ BFA ਮੇਲੇ ਧਨੌਲੇ ਤੇ। ਚੰਗੇ ਬੁੱਲਾਂ ਦੇ ਰਿਜ਼ਲਟ ਫਿਰ ਚੰਗੇ ਹੀ ਹੁੰਦੇ ਹੈਗੇ, ਉਹ ਰਿਜ਼ਲਟ ਤੁਹਾਡੇ ਸਾਹਮਣੇ ਆ। ਨਾਲੇ ਤਾਂ ਦੇਖ ਲਓ ਝੋਟੀ ਖੀਰੀ ਕੈਟਾਗਰੀ ਦੇ ਵਿੱਚ ਚੈਂਪੀਅਨ ਬਣੀ ਆ, ਫਸਟ ਆਈ ਹੈਗੀ, ਅਤੇ ਨਾਲੇ ਇਹਦੇ 'ਤੇ 16 ਲੱਖ ਰੁਪਈਆ ਲੱਗ ਗਿਆ। ਇਹ ਹੈਗੀ ਆ ਲਕਸ਼ਮੀ ਡੇਅਰੀ ਫਾਰਮ ਦੇ ਕੋਹੇਨੂਰ ਬੁੱਲ ਦੀ, ਜਿਹਨੂੰ ਕਿ ਸਾਰੇ ਹੀ ਜਾਣਦੇ ਆ, ਬਹੁਤ ਚੰਗਾ ਬੁੱਲ ਆ, ਮਿਲਕ ਪਲੱਸ ਬਿਊਟੀ। ਇਹ ਦੋਵੇਂ ਕੋਸੀ ਆਪਾਂ ਨੂੰ ਚਾਹੀਦੇ ਆ, ਦੋਵੇਂ ਕੋਸੀ ਇਹ ਬੁੱਲ ਦੇ ਵਿੱਚ ਹੈਗੇ ਆ, ਅਤੇ ਅੱਗੇ ਆਪਣੇ ਬੱਚਿਆਂ ਦੇ ਵਿੱਚ ਵੀ ਬਹੁਤ ਚੰਗੇ ਗੁਣ ਪੈਦਾ ਕਰਦਾ, ਉਹ ਦੁੱਧ ਵੀ ਅਤੇ ਬਿਊਟੀ ਵੀ, ਹਾਈਟ ਲੈਂਥ ਵੀ, ਸਾਰਾ ਕੁਛ ਹੀ ਆਉਂਦਾ, ਅਤੇ ਇਹ ਸਾਰਾ ਕੁਛ ਹੀ ਜ਼ਰੂਰੀ ਆ। ਅਤੇ ਇਹ ਝੋਟੀ ਨੇ ਮੇਲਾ ਜਿੱਤਿਆ ਖੀਰੀ ਕੈਟਾਗਰੀ ਦੇ ਵਿੱਚ, ਬਹੁਤ ਚੰਗੀ ਸੁਨੱਖੀ ਝੋਟੀ ਹੈਗੀ। ਅਤੇ ਬਾਕੀ ਅੱਗੇ ਸਾਹਮਣੇ ਤੁਸੀਂ ਝੋਟੀਆਂ ਦੇਖ ਸਕਦੇ ਹੋ, ਇਹ ਅਰਜਨ ਕੁੰਗੜ ਦੀ ਆ, ਅਤੇ ਅੱਗੇ ਹੋਰ ਵੀ ਜੋ ਦੂਜੇ ਤੀਜੇ ਚੌਥੇ ਸਥਾਨ 'ਤੇ ਆਈਆਂ ਗਈਆਂ ਉਹ ਝੋਟੀਆਂ ਵੀ ਵਿੱਚ ਹੈਗੀਆਂ ਗੀਆਂ। ਅਤੇ ਜਿਹੜੀ ਝੋਟੀ ਹੈਗੀ ਆ ਇਹਨੇ ਪਹਿਲਾ ਸਥਾਨ ਜਿੱਤਿਆ ਹੈਗਾ। ਝੋਟੀ ਬਹੁਤ ਜ਼ਿਆਦਾ ਚੰਗੀ ਝੋਟੀ ਸੀਗੀ, ਸਾਰੀਆਂ ਝੋਟੀਆਂ 'ਚੋਂ ਬਿਊਟੀ 'ਚ ਵੀ ਟੋਪ ਸੀਗੀ, ਕੱਦ ਕਾਠੀ ਦੇ ਵਿੱਚ ਵੀ ਟੋਪ ਸੀ। ਅਤੇ ਇਹਦੇ 'ਤੇ ਲੱਗਿਆ 16 ਲੱਖ ਰੁਪਈਆ, ਹਰਿਆਣੇ ਦੇ ਭਰਾਵਾਂ ਨੇ ਲਾਇਆ। ਹੀਰਾ ਬੁੱਲਾ ਜੋ ਸਿੰਘਵਾਂ ਖਾਸ ਖਾਸ ਵਾਲਾ, ਸਾਰੇ ਜਾਣਦੇ ਆ ਉਹਨੂੰ ਵੀ, ਲਕਸ਼ਮੀ ਮੱਝ ਸੀਗੀ ਜਿਨ੍ਹਾਂ ਕੋਲ ਜਿਹੜੀ ਵਿਕ ਕੇ ਗਈ ਹੈਗੀ, ਅਤੇ ਉਹਨਾਂ ਨੇ ਲਾਇਆ ਗਾ। ਅਤੇ ਉਹ ਕਹਿੰਦੇ ਵੀ ਤੁਸੀਂ ਸਾਨੂੰ ਦੇ ਦਿਓ, ਪਰ ਬਾਈਆਂ ਨੇ ਦਿੱਤੀ ਨਹੀਂ, ਕਿਉਂਕਿ ਮੋਹ ਪਿਆਰ ਹੁੰਦਾ ਜਾਨਵਰ ਨਾਲ, ਸ਼ੁਰੂ ਤੋਂ ਪਾਲੀ ਵੀ ਹੈਗੀ, ਮੋਹ ਪਿਆਰ ਵੀ ਹੁੰਦਾ, ਬਾਕੀ ਬਰੀਡ ਅੱਗੇ ਵੀ ਗਾਹਾਂ ਤਿਆਰ ਕਰਨੀ ਹੁੰਦੀ ਆ, ਬਾਕੀ ਰਿਜ਼ਲਟ ਲੈਣਾ ਹੁੰਦਾ, ਬੁੱਲ ਦਾ ਵੀ ਰਿਜ਼ਲਟ ਕਿਹੋ ਜਿਹਾ ਹੁੰਦਾ ਗਾ। ਇੱਦਾਂ ਗਾ ਜੇ ਆਪਾਂ ਚੰਗੇ ਸੀਮਨ ਭਰਾਵਾਂਗੇ ਤਾਂ ਚੰਗੇ ਹੀ ਆਪਾਂ ਨੂੰ ਇੱਦਾਂ ਰਿਜ਼ਲਟ ਮਿਲਣਗੇ। ਧੰਨਵਾਦ, ਅੱਗੇ ਸ਼ੇਅਰ ਕਰ ਦਿਓ।